ਵੀਡੀਓ ਦੇਖ ਰਹੇ ਸਾਰੇ ਪਿਆਣ ਪ੍ਰਾਪ ਨੂੰ ਪਿਆਰ ਭਰੀ ਸਾਸਤ੍ਰਿਕਾ ਜੀ ਪੇਸ਼ ਹੈ 6 April 2023 ਦੀਆਂ ਮੁੱਖ ਤੇ ਵੱਡੀਆਂ ਖਬਰਾਂ ਮੇਨ ਮੇਨ ਖਬਰਾਂ ਦੀ ਗੱਲ ਕਰੀਏ ਤਾਂ ਦੋਸਤੋ ਫ੍ਰੀ ਬੱਸ ਸਫਰ 'ਚ ਔਰਤ ਨੂੰ 3000 ਰੁਪਏ ਦਾ ਜੁਰਮਾਨਾ ਤਾਂ ਇਹ ਜੁਰਮਾਨਾ ਫ੍ਰੀ ਬੱਸ ਸਰਵਿਸ ਹੋਣ ਦੇ ਬਾਵਜੂਦ ਕਿਵੇਂ ਲੱਗਿਆ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਤੇ ਨਾਲੇ ਤੁਹਾਨੂੰ ਦੱਸਾਂਗੇ ਕਿ ਫੇਰ ਕਰੋਨਾ ਪੰਜਾਬ ਦੇ ਵਿੱਚ ਆ ਗਿਆ ਤੇ ਪੰਜਾਬ ਨੇ ਵੀ ਪੂਰੀ ਤਿਆਰੀਆਂ ਕਰ ਲਿਆ ਨੇ ਤਾਂ ਨਾਲੇ ਲੋੜਵੰਦ ਪਰਿਵਾਰਾਂ ਨੂੰ ਮਿਲਿਆ ਹੈ ਰਾਸ਼ਨ ਹਾਂਜੀ ਦੋਸਤੋ ਕਿਹੜੇ ਪਰਿਵਾਰਾਂ ਨੂੰ ਮਿਲਿਆ ਤੇ ਕਿਹਨਾਂ ਨੇ ਦਿੱਤਾ ਇਹ ਵੀ ਸਾਰੇ ਕੁੱਝ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਿੱਕੀ ਜਿਹੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਲੱਗਦੇ ਬੈਲ ਆਈਕਨ ਦੇ ਬਟਨ 'ਤੇ ਬਟਨ ਦਬਾ ਕੇ ਆਲਟ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਦੋਸਤੋ ਚੱਲਦੇ ਆ ਮੇਨ ਅਪਡੇਟ ਦੇ ਉੱਤੇ ਜ਼ਮੀਨਾਂ ਐਕਵਾਇਰ ਹੋਣ ਦੇ ਬਾਵਜੂਦ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ ਜ਼ਮੀਨ ਮਾਲਕ ਪਟਿਆਲਾ ਤੋਂ ਵਾਇਆ ਨਾਬਾ 500 ਰੋਡ ਤੋਂ ਸਰਹੰਦ ਰੋਡ ਦੇ ਉੱਤੇ ਹੋਏ ਰਾਜਪੁਰਾ ਰੋਡ ਤੱਕ ਆਉਣ ਵਾਲੀ 27 ਕਿਲੋਮੀਟਰ ਲੰਬੇ ਉਤਰੀ ਬਾਈਪਾਸ ਲਈ ਐਕਵਾਇਰ ਕੀਤੀ ਗਈ ਜ਼ਮੀਨ ਦੇ ਮਾਲਕਾਂ ਨੇ ਜ਼ਿਮੀਨੀ ਮੁਆਵਜ਼ਾ ਲੈਣ ਦੇ ਲਈ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਮ ਮੰਗ ਪੱਤਰ ਡੀਆਰਓ ਨੂੰ ਸੌਂਪਿਆ ਹੈ। ਬੀਬੀ ਜ਼ਗੀਰ ਕੋਰ ਵੱਲੋਂ ਜ਼ਿਮਨੀ ਚੋਣ ਸੰਬੰਧੀ ਹੰਸਰਗਰਮੀਆਂ ਤੇਜ਼। ਸਾਬਕਾ ਪ੍ਰਧਾਨ ਐਜੀਪੀਸੀ ਬੀਬੀ ਜ਼ਗੀਰ ਕੋਰ ਨੇ ਜਲੰਧਰ ਲੋਕ ਸਭਾ ਜਿਮਨੀ ਚੌਂ ਨੂੰ ਲੈ ਕੇ ਜਲੰਧਰ ਸ਼ਹਿਰ ਦੇ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਇਸ ਦੇ ਤਹਿਤ ਅੱਜ ਫਰੈਂਡਜ਼ ਨਗਰ ਸਥਿਤ ਹਰਪਜਨ ਸਿੰਘ ਭਾਜਪਾ ਦੇ ਗ੍ਰਹਿ ਵਿਖੇ ਬੀਬੀ ਜਗੀਰ ਕੌਰ ਵੱਲੋਂ ਆਪਣੇ ਸਮਰਥਕਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਮੀਟਿੰਗ ਨੂੰ ਸੰਬੋਧਿਤ ਕਰਦੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਵਿੱਚ ਦਹਿਸ਼ਤ ਭਰਿਆ ਮਾਹੌਲ ਬਣਿਆ ਹੋਇਆ ਹੈ ਜਲੰਧਰ ਦੇ ਸਾਬਕਾ ਵਿਧਾਇਕ ਰਿੰਕੂ ਸਿੰਘ ਆਪ ਚ ਹੋਏ ਸ਼ਾਮਲ ਜਲੰਧਰ ਦੇ ਲੋਕ ਸਭਾ ਜਿਮਨੀ ਚੌਂ ਤੋਂ ਪਹਿਲਾ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਸਾਬਕਾ ਵਿਧਾਇਕ ਸੁਨੀਲ ਰਿੰਕੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਹਨ। ਰਿੰਕੂ ਆਪ ਕਨਵੀਨਰ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪਾਰਟੀ 'ਚ ਸ਼ਾਮਿਲ ਹੋਏ ਹਨ। ਪਾਰਟੀ 'ਚ ਸ਼ਾਮਿਲ ਹੋਣ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ ਸਨ। ਆਪ ਵਰਕਰਾਂ ਨੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ। ਉਹਨਾਂ ਫਗਵਾੜਾ ਵਿੱਚ ਇੱਕ ਯੋਗਸ਼ਾਲਾ ਦਾ ਉਦਘਾਟਨ ਵੀ ਕੀਤਾ। ਉਨਾ ਕਹਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਹੁਣ ਤਰੱਕੀ ਦੇ ਸਹੀ ਰਸਤੇ ਤੇ ਹੈ ਪੰਜਾਬ ਵਿੱਚ ਸਰਕਾਰ ਲਗਾਤਾਰ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਅਤੇ ਨੌਕਰੀਆਂ ਦੇ ਰਹੀ ਹੈ ਆਮ ਆਦਮੀ ਪਾਰਟੀ ਲੋਕਾਂ ਦੇ ਘਰ-ਘਰ ਮੋਹੱਲਾ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਤੇ ਪੰਜਾਬ ਦੇ ਸਿੱਖਿਆ ਪੱਧਰ 'ਤੇ ਵੀ ਵੱਡਾ ਸੁਧਾਰ ਹੋਇਆ ਹੈ ਭਾਜਪਾ ਆਗੂ ਤਰਨ ਚੁੱਗਨੇ ਨੇ ਸਿੱਖਿਆ ਮੰਤਰੀ ਵੱਲੋਂ ਸਕੂਲ ਦਾ ਦੌਰਾ ਕਰਨ ਤੇ ਵਿਅੰਗ ਕਰਦੇ ਆ ਇੱਕ ਹੀ ਇਹ ਗੱਲ ਆਜਪਾ ਦੇ ਕੌਮੀ ਜਰਨਲਿਸਟ ਕਰਤਾ ਤਰੁਣ ਚੁੱਬ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਚ ਸਕੂਲੀ ਸਿੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਡੱਗਮਗਾ ਚੁਕੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਬੁਨਿਆਦੀ ਢਾਂਚਾ ਨਾ ਹੋਣ ਦੇ ਬਾਵਜੂਦ ਸਕੂਲੀ ਅਧਿਆਪਕਾਂ ਦੀ ਭਾਰੀ ਕਾਰਕਮਬੇਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਉਹਨਾਂ ਕਹਿੰਦੇ ਕਿ ਪਿਛਲੇ 1 ਸਾਲ ਦੇ ਵਿੱਚ ਆਪ ਸਰਕਾਰ ਵੱਡੇ-ਵੱਡੇ ਵਾਅਦੇ ਕਰਨ ਦੇ ਬਾਵਜੂਦ ਸਕੂਲਾਂ ਦੇ ਹਾਲਤ ਸੁਧਾਰਨ ਵਿੱਚ ناکਾਮ ਰਹੀ ਹੈ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜੋਨ ਸਿੰਘ ਸਿੱਧੂ ਨੇ ਭਾਗ ਸਿੰਘ ਮੱਲਾ ਚੈਰੀਟੇਬਲ ਟਰਸਟ ਮੱਲਾ ਦੇ ਸਰਪ੍ਰਸਤ ਸਾਬਕਾ ਵਿਧਾਇਕ ਭਾਗ ਸਿੰਘ ਮੱਲਾ ਦੀ ਅਗਵਾਈ ਹੇਠ ਪਿੰਡ ਮੱਲਾ ਦੇ ਵਿੱਚ 35 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਮੌਕੇ ਮਾਰਕੀਟ ਕਮੇਟੀ ਜਗਰਾਉਂ ਦੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲਾ ਨੇ ਦੱਸਿਆ ਕਿ ਪਿਛਲੇ 4 ਸਾਲਾਂ ਤੋਂ ਟਰਸਟ ਵੱਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਜਿਸ 'ਚ ਹਰ ਮਹੀਨੇ ਪਿੰਡ ਮੱਲਾ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਇਸ ਟਰਸਟ ਵੱਲੋਂ ਸਮੇਂ-ਸਮੇਂ ਤੇ ਪੜ੍ਹਾਈ 'ਚ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਂਦਾ ਹੈ। ਦਿੱਲੀ ਦੇ ਸਿਮ ਅਰਵਿੰਦ ਕੇਜਰੀਵਾਲ ਬੋਲੇ ਵਿਰੋਧੀ ਜਿੰਨੀ ਮਰਜ਼ੀ ਇਕਤਾ ਕਰ ਲੈਣ। ਅਗਲੇ ਸਾਲ ਹੋਣ ਵਾਲੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤੀਜੇ ਮੋਰਚੇ ਦੇ ਗਠਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨਾ ਕਹਿਆ ਕਿ ਵਿਰੋਧੀ ਧਿਰ ਦੀ ਇਕਤਾ ਜ਼ਰੂਰੀ ਨਹੀਂ ਸਗੋਂ ਲੋਕਾਂ ਦੀ ਇਕਤਾ ਜ਼ਰੂਰੀ ਹੈ ਅਤੇ ਇਸ ਲਈ ਏਜੰਡਾ ਤੈਅ ਕੀਤਾ ਗਿਆ ਹੈ ਪੰਜਾਬ ਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਿਆ ਗਿਆ ਕਿ ਤੀਜੇ ਫਰੰਟ ਦੀਆਂ ਸੰਭਾਵਨਾਵਾਂ ਕੀ ਹਨ ਅਤੇ ਕਿ ਆਮ ਆਦਮੀ ਪਾਰਟੀ ਸਮਾਨ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੇ ਨਾਲ ਤੀਜਾ ਫਰੰਟ ਬਣਾਵੇਗੀ ਇਸ ਸਵਾਲ ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਤੰਤਰ ਤੇ ਜਨਤਾ ਹੀ ਮਾਲਕ ਹੁੰਦੀ ਹੈ ਕਈ ਵਾਰ ਵਿਰੋਧੀ ਇਕਤਾ ਦੀ ਗੱਲਾਂ ਹੁੰਦੀਆਂ ਹਨ ਪੰਜਾਬ ਸਰਕਾਰ ਕੋਵਿਡ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਡਾਕਟਰ ਬਲਬੀਰ ਸਿੰਘ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਂ ਨਾਲ ਪੰਜਾਬ ਦੇ ਵਿੱਚ ਕੁਝ ਕੁਝ ਦਿਨਾਂ ਤੋਂ ਕੋਵਿਡ ਦੇ ਮਾਮਲਿਆਂ ਵਿੱਚ ਵੀ ਉਹ ਵਾਅਦਾ ਹੋਇਆ ਹੈ ਇਸ ਸਬੰਧੀ ਬੁੱਧਵਾਰ ਨੂੰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਵਿਡ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਦਸਰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਬੁੱਧਵਾਰ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਕੋਵਿਡ ਆਈਸੋਲੇਟਿਵ ਵਿੰਗਵਾਰਡ ਦੇ ਮੈਡੀਕਲ ਬੁਨਿਆਦੀ ਢਾਂਚੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਹਸਪਤਾਲਾਂ ਦੇ ਵਿੱਚ ਲੋੜਿੰਦੇ ਬੈੱਡਾਂ ਦੀ ਸਮਰੱਥਾ ਅਤੇ ਵੈਂਟੀਲੇਟਰਾਂ ਦੇ ਨਾਲ-ਨਾਲ ਸਾਰੇ ਟੁਕਵੇ ਪ੍ਰਬੰਧ ਨਾਲ ਪੂਰੀ ਤਰ੍ਹਾਂ ਤਿਆਰੀ ਕਰ ਲਈ ਹੈ ਇਸ ਤੋਂ ਇਲਾਵਾ ਵਾਇਰਸ ਦੇ ਹੋਰ ਫਲਾਵ ਨਾਲ ਨਜਿਸਟਨ ਦੇ ਲਈ ਸਾਡੇ ਕੋਲ ਪੀਪੀਟੀ ਕਿਟਮ ਮਾਰਕਸ ਅਤੇ ਟੈਸਟਿੰਗ ਕਿਟਾਂ ਵੀ ਉਪਲਬਧ ਹਨ। ਕਾਰਾਂ ਦੀ ਟੱਕਰ ਤੋਂ ਬਾਅਦ ਦੋ ਧਿਰਾਂ ਵਿੱਚ ਹੋਈ ਝੜਪ। ਪੰਜਾਬ ਦੇ ਲੁਧਿਆਣਾ ਦੇ ਵਿੱਚ ਕਾਰਾਂ ਦੀ ਟੱਕਰ ਤੋਂ ਬਾਅਦ ਦੋ ਧਿਰਾਂ ਦੇ ਵਿੱਚ ਝੜਪ ਹੋ ਗਈ। ਇੱਕ ਮੁਟਿਆਰ ਆਪਣੇ ਭਰਾਵਾਂ ਨਾਲ ਪਿੰਡ ਤਰਿਕੇ ਜਾ ਰਹੀ ਸੀ। ਉਸੇ ਸਮੇਂ ਸਾਹਮਣੇ ਤੋਂ ਆ ਰਹੀ ਇੱਕ ਹੋਰ ਕਾਰ ਵਿੱਚ ਕੁਝ ਨੌਜਵਾਨਾਂ ਨਾਲ ਖਾਣ ਪੀਣ ਜਾ ਰਹੇ ਸਨ। ਕਾਰ ਸਵਾਰ ਨੌਜਵਾਨਾਂ ਨੇ ਉਸ ਉੱਪਰ ਆਰਾਮ ਨਾਲ ਕਾਰ ਥਲਾਉਣ ਲਈ ਕਿਹਾ ਇਸ ਦੌਰਾਨ ਦੋਵੇਂ ਨੌਜਵਾਨ ਕਾਰ ਨੇੜੇ ਲਿਆ ਕੇ ਉਹਨਾਂ ਨਾਲ ਗਾਲੀ ਗਲੋਚ ਕਰਨ ਲੱਗੇ ਰੋਲਾ ਸੁਣ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਜਿਸ ਦੌਰਾਨ ਦੂਸਰੀ ਗੱਡੀ ਦਾ ਨੌਜਵਾਨ ਅਤੇ ਮੁਟਿਆਰ ਮਾਫੀ ਮੰਗ ਕੇ ਉੱਥੋਂ ਚਲੇ ਗਏ ਪਵਨ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਮਾਮਲਾ ਸ਼ਾਂਤ ਹੋਣ ਤੋਂ ਬਾਅਦ ਉਕਤ ਨੌਜਵਾਨ ਅਤੇ ਮਹਿਲਾ ਫਿਰ ਤੋਂ ਆਏ ਅਤੇ ਉਹਨਾਂ ਨੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਔਰਤ ਵੱਲੋਂ ਟਿਕਟ ਨਾਲ ਲੈਣ ਕਾਰਨ ਹੋਇਆ ਝਗੜਾ ਥਾਣੇ ਜਾ ਕੇ ਕਨੈਕਟਰ ਤੋਂ ਮੰਗਣੀ ਭਈ ਮਾਫੀ ਦਿੱਤਾ 3000 ਜੁਰਮਾਨਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਔਰਤਾਂ ਲਈ ਸਰਕਾਰੀ ਪੀਆਰਟੀਸੀ ਦੀਆਂ ਬੱਸਾਂ ਦੇ ਵਿੱਚ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਹੋਈ ਹੈ ਪਰ ਕੁਝ ਔਰਤਾਂ ਇਸ ਦਾ ਨਜਾਇਜ਼ ਫਾਇਦਾ ਉਠਾਉਂਦੀਆਂ ਸਰਕਾਰੀ ਕਰਮਚਾਰੀਆਂ ਨੂੰ ਧਮਕੀਆਂ ਤੱਕ ਦੇ ਬੈਠਦੀਆਂ ਹਨ ਪਰ ਉਸ ਦੇ ਖਮਿਆਜੇ ਵਜੋਂ ਉਹਨਾਂ ਨੂੰ ਹਜ਼ਾਰਾਂ ਰੁਪਏ ਦੇ ਖੜਾ ਛੁਡਾਉਣਾ ਪੈਂਦਾ ਹੈ ਇਸੇ ਤਰ੍ਹਾਂ ਇੱਕ ਮਾਮਲਾ ਬਰਨਾਲਾ ਦੇ ਪਤੋੜ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਵੱਲੋਂ ਆਧਾਰ ਕਾਰਡ ਨਾ ਦਿਖਾ ਕੇ ਟਿਕਟ ਨਾ ਲੈਣ ਕਰ ਰਫੜ ਇੰਨਾ ਵੱਧ ਗਿਆ ਕਿ ਪੀਆਰਟੀਸੀ ਦਾ ਡਰਾਈਵਰ ਸਵਾਰੀਆਂ ਸਮੇਤ ਭਰੀ ਬੱਸ ਨੂੰ ਥਾਣੇ ਲੈ ਗਿਆ ਜਾਣਕਾਰੀ ਅਨੁਸਾਰ ਪੀਆਰਟੀ ਡਿਪੂ ਫਰੀਦਕੋੜ ਦੀ ਬੱਸ ਬਰਨਾਲੇ ਆ ਰਹੀ ਸੀ ਜਿਸ ਵਿੱਚ ਭਗਤਾ ਭਾਈ ਤੋਂ ਮਹਿੰਦਰਪਾਲ ਕੋਰ ਨਾਮਕ ਔਰਤ ਚੜੀ ਜੋ ਮੋਬਾਈਲ ਫੋਨ ਤੇ ਕਿਸੇ ਨਾਲ ਲਗਾਤਾਰ ਗੱਲ ਕਰਦੀ ਰਹੀ ਉਹ ਕਨੈਕਟਰ ਨੂੰ ਆਧਾਰ ਕਾਰਡ ਦਿਖਾ ਕੇ ਟਿਕਟ ਲੈਣਾ ਭੁੱਲ ਗਈ ਤੇ ਫਿਰ ਮੋਬਾਈਲ 'ਚ ਰੁੱਝੀ ਰਹੀ ਜਦੋਂ ਬੱਸ ਸਲਾਵਤਪੁਰਾ ਪਹੁੰਚੀ ਤਾਂ ਕਲੈਕਟਰ ਨੇ ਔਰਤ ਨੂੰ ਟਿਕਟ ਬਾਰੇ ਪੁੱਛਿਆ ਤਾਂ ਉਦੋਂ ਵੀ ਉਹ ਮੋਬਾਈਲ ਤੇ ਗੱਲ ਕਰਦੀ ਰਹੀ ਜਦੋਂ ਕੰਡਕਟਰ ਨੇ ਸ਼ਕਤੀ ਭਰੇ ਰੋਹ ਦੇ ਵਿੱਚ ਪੁੱਛਿਆ ਤਾਂ ਔਰਤ ਨੇ ਕਿਹਾ ਕਿ ਉਸਨੇ ਟਿਕਟ ਨਹੀਂ ਲਈ ਕੰਡਕਟਰ ਨੇ ਔਰਤ ਨੂੰ ਕਿਹਾ ਕਿ ਜੇ ਬੱਸ 'ਚ ਚੈੱਕ ਕਰ ਚੜ੍ਹ ਜਾਂਦਾ ਤਾਂ ਉਸ ਨੂੰ 10% ਦੀ ਜੁਰਮਾਨਾ ਦੇਣਾ ਪੈਣਾ ਸੀ ਜਦਕਿ ਸਰਕਾਰ ਨੇ ਔਰਤਾਂ ਨੂੰ ਮੁਫਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਹੋਈ ਹੈ ਆਧਾਰ ਕਾਰਡ ਦਿਖਾ ਕੇ ਟਿਕਟ ਕਿਉਂ ਨਹੀਂ ਲੈਂਦੇ ਇਸ ਦੌਰਾਨ ਮਹਿੰਦਰਪਾਲ ਕੋਰ ਜੋ ਕਿ ਪਿੰਡ ਸਰੀਏ ਵਾਲਾ ਦੀ ਵਸਲੀਕ ਹੈ ਕਨੈਕਟਰ ਨਾਲ ਗਲਤ ਸ਼ਬਦਾਵਲੀ ਬੋਲਣ ਲੱਗੀ ਜੀਚੇ ਬਸ ਤੇ ਬੈਠੀਆਂ ਬਾਕੀ ਸਵਾਰੀਆਂ ਕਨੈਕਟਰ ਦੇ ਹੱਕ ਵਿੱਚ ਆ ਗਈਆਂ ਜਿਸ ਦੇ ਇਸ ਦੇ ਨਾਲ ਹੀ ਇਸ ਤੇ ਮਹਿੰਦਰਪਾਲ ਕੌਰ ਨੇ ਗੁੱਸੇ 'ਚ ਆ ਕੇ ਕਨੈਕਟਰ ਨੂੰ ਦੂਜੀਆਂ ਸਵਾਰੀਆਂ ਨੂੰ ਕਿਹਾ ਕਿ ਭਦੋੜ ਚਲੋ ਜਿੱਥੇ ਉਹ ਆਪਣੇ ਬੰਦੇ ਇਕੱਠੇ ਕਰਕੇ ਦੱਸੇਗੀ ਕਿ ਉਹ ਕੌਣ ਹੈ ਬਾਕੀ ਸਵਾਰੀਆਂ ਨੇ ਇੱਕ ਡਰਾਈਵਰ ਨੂੰ ਕਿਹਾ ਕਿ ਤੁਸੀਂ ਬਸ ਥਾਣੇ ਲੈ ਕੇ ਚਲੋ ਫਿਰ ਇਸ ਦੀ ਗੁੰਡਾਗਰਦੀ ਵੇਖਦੇ ਹਾਂ ਕਿ ਕਿਵੇਂ ਕਰਦੀ ਹੈ ਪਤ ਤੋੜ ਪਹੁੰਚਦੇ ਹੀ ਡਰਾਈਵਰ ਨੇ ਸਵਾਰੀਆਂ ਸਮੇਤ ਬੱਸ ਥਾਣਾ ਪਤੋੜ ਵਿਖੇ ਲਗਾ ਦਿੱਤੀ ਤੇ ਪੁਲਿਸ ਕੋਲ ਉਕਤ ਔਰਤ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਇਸ ਸਬੰਧੀ ਜਦੋਂ ਥਾਣਾ ਪਤੋੜ ਦੇ ਤਸਦੀਫ ਅਫਸਰ ਏਐਸਆਈ ਅਮਰਜੀਤ ਸਿੰਘ ਨੇ ਕਿਹਾ ਕਿ ਮਹਿੰਦਰ ਕੋਰ ਨਾਮਕ ਔਰਤ ਨੇ ਕੰਡਕਟਰ ਕੁਲਵਿੰਦਰ ਸਿੰਘ ਦੇ ਤੇ ਬਾਕੀ ਸਵਾਰੀਆਂ ਤੋਂ ਮਾਫੀ ਮੰਗ ਲਈ ਹੈ ਤੇ ਬੱਸ ਦਾ ਬਰਨਾਲਾ ਤੱਕ ਦਾ ਜੋ ਨੁਕਸਾਨ ਹੋਇਆ ਹੈ ਉਸ ਦਾ 3000 ਰੁਪਏ ਦਿੱਤਾ ਹੈ ਔਰਤ ਦਾ ਕੰਡਕਟਰ ਨਾਲ ਰਾਜੀਨਾਮਾ ਹੋ ਗਿਆ ਹੈ ਤੇ ਬਸ ਬਾਬਸ ਫਰੀਦ ਕੋਲ ਵੱਲ ਨੂੰ ਚਲੀ ਗਈ ਹੈ ਕਨੈਕਟਰ ਨੇ ਪ੍ਰਾਪਤ ਕੀਤਾ ਜੁਰਮਾਨਾ ਡੀਪੂ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀਆਂ ਵੱਡੀਆਂ ਖਬਰਾਂ ਉਮੀਦ ਹੈ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਮਿਲਦੇ ਨਵੀਂ ਅਪਡੇਟ ਨਵੀਂ ਜਾਣਕਾਰੀ ਲੈ ਕੇ